ਜ਼ਿਲ੍ਹਾ ਫਿਰੋਜ਼ਪੁਰ ਦੇ ਵਿਚ ਲੁਟੇਰਿਆਂ ਦੇ ਹੌਸਲੇ ਹੁਣ ਇੰਨੇ ਕੁ ਬੁਲੰਦ ਹੋ ਚੁੱਕੇ ਨੇ ਕਿ ਹੁਣ ਉਹਨਾਂ ਨੂੰ ਕਾਨੂੰਨ ਦਾ ਕੋਈ ਵੀ ਡਰ ਨਹੀਂ ਰਿਹਾ, ਜਿਸ ਕਰਕੇ ਫਿਰੋਜ਼ਪੁਰ ਦੇ ਅੰਦਰ ਆਏ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਹੁਣ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਨੇ। ਅਪਰਾਧਿਕ ਮਾਮਲਿਆਂ ਦੇ ਵਿਚ ਵਾਧਾ ਹੋ ਰਿਹਾ, ਜਿਸ ਦੇ ਨਾਲ ਫਿਰੋਜ਼ਪੁਰ ਛਾਉਣੀ ਅਤੇ ਸ਼ਹਿਰ ਦੇ ਅੰਦਰ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ, ਜਿਸ ਨੂੰ ਲੈ ਕੇ ਉਹਨਾਂ ਦੇ ਮਨਾਂ ਦੇ ਵਿਚ ਡਰ ਅਤੇ ਸਹਿਮ ਦਾ ਮਾਹੌਲ ਵੀ ਪਾਇਆ ਜਾ ਰਿਹਾ। ਇਸੇ ਤੇ ਚੱਲਦੇ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ। ਫਿਰੋਜ਼ਪੁਰ ਵਿਖੇ ਲੁਟੇਰਿਆਂ ਦਾ ਇੱਕ ਹੋਰ ਗੁੰਡਾਗਰਦੀ ਦਾ ਨੰਗਾ ਨਾਚ ਸਾਹਮਣੇ ਆਇਆ, ਜਦੋਂ ਛਾਉਣੀ ਇਲਾਕੇ ਦੇ ਅੰਦਰ ਕੁੜੀਆਂ ਦੇ DMV ਕਾਲਜ ਰੋਡ ਦੇ ਉੱਤੇ ਜਾਂਦੇ ਇੱਕ ਨੌਜਵਾਨ ਨੂੰ ਕੁਝ ਨਕਾਬਪੋਸ਼ ਬਦਮਾਸ਼ਾਂ ਨੇ ਉਸ ਦੇ ਨਾਲ ਕੁੱਟਮਾਰ ਕਰਦਿਆਂ ਉਸ ਦੇ ਕੋਲੋਂ 20,000 ਰੁਪਏ ਖੋਲੇ ਅਤੇ ਮੌਕੇ ਦੇ ਉੱਤੋਂ ਫਰਾਰ ਹੋ ਗਏ। ਘਟਨਾ ਦੁਪਹਿਰ ਬਾਅਦ ਦੀ ਹੈ, ਜਦੋਂ ਵਿਸ਼ਾਲ ਸਿੰਘ ਦਾ ਨਾਂ ਇੱਕ ਨੌਜਵਾਨ ਆਪਣੇ ਮੋਟਰਸਾਈਕਲ ਤੋਂ ਪੈਸੇ ਲੈ ਕੇ ਜਾ ਰਿਹਾ ਸੀ। ਛਾਉਣੀ ਦੇ ਅੰਦਰ ਪੈਂਦੇ ਇੱਕ ਕੁੜੀਆਂ ਦੇ ਕਾਲਜ ਦੇ ਨੇੜੇ ਉਸਦਾ ਮੋਟਰਸਾਈਕਲ ਬੰਦ ਹੋ ਗਿਆ, ਜਿਸ ਤੋਂ ਬਾਅਦ ਕੁਝ ਅਣਪਛਾਤੇ ਲੁਟੇਰੇ ਉੱਥੇ ਆਏ ਅਤੇ ਉਸ ਤੋਂ ਪੈਸੇ ਖੋਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਵਿਰੋਧ ਕਰਨ ਦੇ ਉੱਤੇ ਲੁਟੇਰਿਆਂ ਦੇ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਤੋਂ 20,000 ਰੁਪਏ ਲੁੱਟ ਕੇ ਉੱਥੋਂ ਫਰਾਰ ਹੋ ਗਏ। ਫਿਲਹਾਲ ਪੀੜਤ ਨੌਜਵਾਨ ਵਿਸ਼ਾਲ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੂੰ 3-4 ਘੰਟਿਆਂ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਜ਼ੋਰ ਪਾਉਣ ਦੇ ਉੱਤੇ ਸਟਾਫ ਦੇ ਵੱਲੋਂ ਵੇਖਿਆ ਗਿਆ। ਵਿਸ਼ਾਲ ਸਿੰਘ, ਕੀ ਹੋਇਆ ਤੁਹਾਡੇ ਨਾਲ ਸਾਰਾ ਵਾਕਿਆ? ਸਰ, ਮੈਂ 20,000 ਰੁਪਿਆ ਲੈ ਕੇ ਦਿਨ ਦਿਹਾੜੇ 3:30 ਦਾ ਟਾਈਮ ਵੀ ਜਾ ਰਿਹਾ ਸੀ ਅਤੇ ਮੋਟਰਸਾਈਕਲ ਅਚਾਨਕ ਵੀ ਬੰਦ ਹੋ ਗਿਆ, ਤੇਲ ਖਤਮ ਹੋ ਗਿਆ ਅਤੇ ਚੌਕ ਲਿਜਾ ਕੇ ਮੈਂ ਪੰਪ ਤੱਕ ਲੈ ਕੇ ਜਾਣ ਲੱਗਾ ਅਤੇ ਉੱਥੋਂ ਪਿੱਛੋਂ ਮੁੰਡੇ ਆਏ 2 ਅਤੇ ਉਹਨਾਂ ਨੇ ਮੈਨੂੰ ਮਾਰਿਆ ਕੁੱਟਿਆ, ਉਹਨਾਂ ਨੇ ਮੇਰੇ ਪੈਸੇ ਖੋ ਕੇ ਲੈ ਗਏ। ਘਟਨਾ ਮੈਂ DAV ਕਾਲਜ ਕੋਲ ਆਈ, ਆਪਣਾ MLM ਸਕੂਲ ਦੇ ਕੋਲ, ਬਾਬਾ ਖੇਤਰ ਡੇਰੇ ਕੋਲ, ਅਤੇ ਮੇਰਾ ਫੋਨ ਵੀ ਖੋ ਕੇ ਲੈ ਗਈ। ਨਹੀਂ, ਮੈਨੂੰ ਪਤਾ ਨਹੀਂ ਲੱਗਾ, ਮੈਂ ਬੈਕ ਮੋਟਰ ਲੱਗਾ ਸੀ ਪੈਟਰੋਲ ਪੰਪ ਨੂੰ ਅਤੇ ਉਹਨਾਂ ਨੇ ਵਿੱਚ ਲੈ ਕੇ ਮੋਟਰਸਾਈਕਲ ਮਾਰਿਆ ਅਤੇ ਮੁੰਡਿਆਂ ਨੇ 2 ਮੇਰੇ ਚਪੇੜਾਂ ਮਾਰੀਆਂ, ਤੁਸੀਂ ਵੇਖ ਸਕਦੇ ਹੋ ਮੇਰੇ ਮੂੰਹ 'ਤੇ ਸੱਟਾਂ ਵੱਜੀਆਂ ਜੀ। ਰੌਲਾ ਸਰ ਕੀ ਪਾਉਂਦਾ ਉਹਨਾਂ ਨੇ? ਦੋਨਾਂ ਨੇ ਮੈਨੂੰ ਫੜਿਆ ਹੋਇਆ ਸੀ ਅਤੇ ਕੁੱਟ ਰਹੇ ਸੀ, ਸੁਣ ਪੈਣ ਦੇ ਵਿੱਚ ਆਵਾਜ਼ ਨਹੀਂ ਨਿਕਲਦੀ। ਕਿਵੇਂ ਲੱਗਦੇ ਸੀ ਜਿਹੜੇ ਦੇਖਣ ਵਾਲੇ ਜਿਹੜੇ ਮੁੰਡੇ ਜਿਹੜੇ ਇਹ ਸਾਰੇ ਵਾਰਦਾਤ ਨੂੰ ਅੰਜਾਮ ਦਿੱਤਾ, ਉਹ ਕਿਹੋ ਜਿਹੇ ਲੱਗ ਰਹੇ ਸੀ ਬੰਦੇ ਦੇਖਣ 'ਚ? ਮੁੰਡੇ ਦਾ ਜ਼ਿਆਦਾ ਉਮਰ ਵਾਲੇ ਨੇ ਜੀ, ਮੇਰੀ ਉਮਰ ਦੇ ਸੀ ਅਤੇ ਮੁੰਡੇ ਉੱਤੇ ਮਾਰ ਮੂੰਹ ਲੇਟੇ ਸੀ ਅਤੇ ਹੱਥ ਨਹੀਂ ਪਿਆਰ ਮਾਲਾ ਨੂੰ, ਮੈਂ ਪਾਉਣਾ ਚਾਹ ਰਿਹਾ ਸੀ ਪਰ ਪਿਆ ਨਹੀਂ ਰਿਹਾ, ਉੱਥੇ ਇਹੀ ਹੋ ਸਕਦਾ ਜੀ, ਤਾਂ ਹੀ ਜਾ ਕੇ ਇਹਨੂੰ ਪਤਾ ਸੀ ਮੈਂ ਪੈਸੇ ਲੈ ਕੇ ਜਾ ਰਿਹਾ ਜੀ, ਜਾਣ ਨੇ ਮੈਨੂੰ ਪੈਸੇ ਲੈਂਦੇ ਕਿ ਤੂੰ ਵੇਖ ਲੈਣਾ, ਤਾਂ ਮਗਰ ਲੱਗੇ ਸੀ। ਇਹ ਮੈਂ ਆਪਦੇ ਘਰ ਲੈ ਕੇ ਜਾ ਰਿਹਾ ਸੀ, ਸਤੀ ਵਾਲੇ ਬਾਈਪਾਸ ਸੀ ਅਤੇ ਇਹ ਮੈਂ ਇੱਥੋਂ ਖੜਿਆ ਸੀ HDFC ਬੈਂਕ 'ਚੋਂ ਅਤੇ ਇਸ ਕਰਕੇ। ਸਰ, ਮੇਰਾ ਨਾਮ ਹੈ ਪਰਮਜੀਤ ਸਿੰਘ ਅਤੇ ਮੈਂ ਸਾਂਝੀ ਸਿੰਘ ਬਰਾਦਰੀ ਨਾਲ ਸੰਬੰਧਿਤ ਹਾਂ ਅਤੇ ਸਰ ਅੱਜ ਕੋਈ 4 ਵਜੇ ਦੀ ਘਟਨਾ ਆ, ਮੈਂ ਆਪਣੇ ਬੇਟੇ ਨੂੰ 20,000 ਰੁਪਇਆ ਦਿੱਤਾ ਕਿ ਸੱਜਣ ਮਿੱਤਰ ਤੋਂ ਲੈ ਕੇ, ਮੇਰੇ ਕ੍ਰੈਡਿਟ ਕਾਰਡ ਦੀ ਅਮਾਊਂਟਿੰਗ ਜਿਹੜੀ ਸੀਗੀ ਉਹ ਲੋ ਸੀ ਬੈਂਕ ਦੇ ਵਿੱਚ ਅਤੇ ਮੈਂ ਉਹਨੂੰ ਕਿਹਾ ਬੇਟਾ ਉੱਧਰ ਜਾਂਦੇ ਹੋਏ ਕੈਂਟ ਬ੍ਰਾਂਚ ਦੇ ਵਿੱਚ ਨਾ ਆਪਣੇ ਟੈਂਕਣ ਵਾਸਤੇ ਜਮ੍ਹਾਂ ਕਰਵਾ ਦੇ ਅਤੇ ਉਹ ਜਦੋਂ ਹੀ ਆਪਣੇ ਮਨੋਲਾ ਸਕੂਲ ਦੇ ਕੋਲੋਂ ਗੁਜ਼ਰਿਆ ਅਤੇ ਪਤਾ ਨਹੀਂ ਉਹਦਾ ਮੋਟਰਸਾਈਕਲ ਬੰਦ ਹੋ ਗਿਆ ਜਾਂ ਤੇਲ ਖਤਮ ਹੋ ਗਿਆ ਅਤੇ ਉੱਥੇ ਨਜ਼ਦੀਕ ਡੇਰਾ ਬਾਬਾ ਖੇਤਰਪਾਲ ਦਾ ਬਣਿਆ ਹੋਇਆ, ਉੱਥੇ ਉਹ ਵੀ ਰੁਕ ਗਿਆ ਕਿ ਪਤਾ ਨਹੀਂ ਕੀ ਹੋਇਆ, ਮਗਰ ਉਹ ਕੁਛ ਮੁੰਡੇ ਆਏ ਲੁਟੇਰੇ ਕਿਸਮ ਦੇ ਅਤੇ ਉਹਨਾਂ ਨੇ ਵਿੱਚ ਮੋਟਰਸਾਈਕਲ ਮਾਰਿਆ, ਇਹਦੇ ਯਾਨੀ ਕਿ ਗਲ ਪੈ ਗਏ, ਕਾਫੀ ਕੁੱਟਿਆ ਮਾਰਿਆ ਅਤੇ ਪੈਸੇ ਖੋਹ ਕੇ ਲੈ ਗਏ। ਉਸ ਤੋਂ ਬਾਅਦ ਇਹਨੇ ਭੱਜ ਕੇ ਜਾਣ ਜੂਣ ਬਚਾਈ ਅਤੇ ਸਾਨੂੰ ਫੋਨ ਨਹੀਂ ਕੀਤਾ ਡਰਦੇ ਮਾਰੇ ਵੀ ਡੈਡੀ ਹੁਣੀ ਗੁੱਸੇ ਹੋਣਗੇ, ਪੈਸੇ ਤੂੰ ਕਿੱਥੇ ਸਿੱਟ ਆਇਆ, ਕੀ ਕਰ ਆਇਆ, ਜੇ ਉਹ 100 ਬੱਚੇ ਦੇ ਮਨ 'ਚ ਆਉਂਦੀ ਹੈ। ਅਤੇ ਸਰ ਉਸ ਤੋਂ ਬਾਅਦ ਇਹਨੇ ਆਪਣੇ ਦੋਸਤ ਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਮੇਰੇ ਗੱਲ ਪੈ ਗਏ ਆ ਅਤੇ ਮੇਰੇ ਕੋਲ ਪਹੁੰਚ।
ਉਹ ਦੋਸਤ ਦੇ ਘਰੋਂ ਸਾਨੂੰ ਫੋਨ ਆਇਆ ਵੀ ਕੀ ਗੱਲ ਬਣ ਗਈ ਇਸ ਤਰ੍ਹਾਂ। ਵਿਸ਼ਾਲ ਦਾ ਫੋਨ ਆਇਆ ਸੀ, ਕਹਿੰਦੇ ਉਹ ਡਿੱਗ ਡੁੱਗ ਪਿਆ ਕਿ ਕੀ ਹੋ ਗਿਆ। ਅਸੀਂ ਕਿਹਾ ਸਾਨੂੰ ਤਾਂ ਕੋਈ ਫੋਨ ਨਹੀਂ ਆਇਆ ਵਿਸ਼ਾਲ ਦਾ। ਫਿਰ ਅਸੀਂ ਉਹਦੇ ਘਰੋਂ ਉਹਦੇ ਮੁੰਡੇ ਦੇ ਦੋਸਤ ਦੇ ਨੰਬਰ ਲੈ ਕੇ ਫੋਨ ਕੀਤਾ, ਸਾਨੂੰ ਇਹਨਾਂ ਨੇ ਕੁਛ ਨਹੀਂ ਦੱਸਿਆ। ਫਿਰ ਇਹ ਘਰੇ ਹੋਏ, ਉਹਨੂੰ ਲੈ ਕੇ ਆਏ, ਕਾਫੀ ਸੱਟਾਂ ਵੱਜੀਆਂ। ਅਸੀਂ ਕੀ ਗੱਲ ਹੋਈ, ਫਿਰ ਸਾਨੂੰ ਹੌਲੀ ਹੌਲੀ ਇਹਨਾਂ ਨੇ ਸਾਰੀ ਗੱਲ ਦੱਸੀ। ਅਸੀਂ ਕਿਹਾ ਕੋਈ ਗੱਲ ਨਹੀਂ, ਚਲੋ ਆਪਾਂ ਅਸੀਂ ਦਾਖਲ ਹਸਪਤਾਲ ਲੈ ਕੇ ਆਏ ਹਾਂ ਸਰ, 4 ਵਜੇ ਦੇ ਆਏ ਹਾਂ, ਅਜੇ ਤੱਕ ਕੋਈ, ਹੁਣ ਜਾ ਕੇ 3-4 ਘੰਟਿਆਂ ਦੇ ਬਾਅਦ ਇੰਜੈਕਸ਼ਨ ਦਿੱਤਾ। ਇੰਜੈਕਸ਼ਨ ਵੀ ਦੇਣ ਦਾ ਸਰ ਕੋਈ ਇਹਨਾਂ ਦਾ ਕਾਨੂੰਨ ਨਹੀਂ ਹੈ। ਸੁੱਕਾ ਟੀਕਾ ਕੋਈ ਕੋਟਨ ਦਾ ਇਹਨਾਂ ਨੇ ਕੋਈ ਇਹਨਾਂ ਨੂੰ ਨਹੀਂ ਲਗਾਇਆ, ਕੁਛ ਨਹੀਂ ਲਗਾਈ। ਸੁੱਕਾ ਟੀਕਾ ਖਬੋਤਾ ਜਿਵੇਂ ਕਿਸੇ ਡੰਗਰ ਦੇ ਮਾਰੀ ਦਾ ਨਾ, ਉਹ ਦੁੱਧ ਚੋਣ ਲਈ ਉਸ ਤਰ੍ਹਾਂ ਲਾ ਦਿੱਤਾ। ਮੈਂ ਬਥੇਰਾ, ਮੈਂ ਕਿਹਾ ਵੀ ਮੈਡਮ ਕਿ ਬੱਚਾ ਅਕਸਰ ਕੋਈ ਇਨਸਾਨ ਹੈ, ਉਹਨੂੰ ਕੋਈ ਮਾੜਾ ਮਾੜਾ ਮਾਸ ਨੂੰ ਥੋੜ੍ਹਾ ਬਹੁਤਾ ਰਗੜੋ, ਕੋਈ ਭੋਲਾ ਕਰੋ, ਫਿਰ ਇੰਜੈਕਸ਼ਨ ਲਗਾਓ। ਕੋਈ ਨਹੀਂ, ਮੈਂ ਕਿਹਾ ਇੱਥੇ ਇੰਜੈਕਸ਼ਨ ਨਹੀਂ ਦਿੰਦੇ ਯੂਜ਼ ਕਰਨ ਨੂੰ, ਤੁਹਾਨੂੰ ਦਿੰਦੇ ਆ ਜੀ। ਤਾਂ ਮੈਂ ਕਿਹਾ ਫਿਰ ਤੁਸੀਂ ਕਿਉਂ ਨਹੀਂ ਯੂਜ਼ ਕਰਦੇ? ਬਸ ਹੱਸ ਕੇ ਗੱਲ ਟਾਲਦੇ ਆ। ਕੋਈ ਜੀ ਮਰੀਜ਼ ਨੂੰ 4 ਘੰਟੇ ਹੋ ਗਏ ਬੈਠੇ ਆ, ਕੋਈ ਗਰੀਬ ਦੀ ਸੁਣਵਾਈ ਨਹੀਂ ਹੈ, ਕੋਈ ਕੁਛ ਨਹੀਂ ਹੈ, ਕੋਈ ਦਵਾਈ ਨਹੀਂ ਹੈ। ਡਾਕਟਰ ਕੋਈ ਡਾਕਟਰ ਲਿਖ ਕੇ ਦੇ ਦੂਗਾ, ਉਹ ਬੈਠੀਆਂ ਨਹੀਂ ਦੀਆਂ, ਬੈਠੋ ਬੈਠੋ ਕੋਈ ਨਹੀਂ, ਅਸੀਂ ਆਉਂਦੀਆਂ, ਬੈਠੋ ਬੈਠੋ ਇੰਜੈਕਸ਼ਨ ਲਗਾਉਂਦੀਆਂ, ਕੋਈ ਕੁਛ ਹੋਈ ਸੁਣਵਾਈ ਨਹੀਂ ਹੈਗੀ। 3-4 ਘੰਟਿਆਂ ਦੇ ਬਾਅਦ ਸਰ ਹੁਣ ਜਾ ਕੇ ਕਿਤੇ ਮਾੜੀ ਬੱਚੇ ਦੀ ਦਵਾਈ ਲਗਾਈ ਹੈ, ਉਹ ਦਰਦ ਨਾਲ ਕਲਪ ਰਿਹਾ ਸੀ, ਕੋਈ ਸੁਣਵਾਈ ਨਹੀਂ ਗਰੀਬ ਦੀ। ਫਿਰੋਜ਼ਪੁਰ ਤੋਂ ਪੰਕਜ ਕੁਮਾਰ ਦੀ ਰਿਪੋਰਟ।